ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਇਸ ਵੇਲੇ ਖੜ੍ਹਾ ਹਾਂ ਓਲਡ ਕੈਂਪਸ ਪੰਜਾਬ ਯੂਨੀਵਰਸਿਟੀ, ਔਰ ਮੇਰੇ ਸਾਈਡ 'ਤੇ ਤੁਹਾਨੂੰ ਨਜ਼ਰ ਆ ਰਿਹਾ ਹੈ ਮੁਜੱਸਮਾ ਵੁਲਨਰ ਸਾਹਿਬ ਦਾ। ਅਤੇ ਇਸ ਵੇਲੇ ਮੇਰੇ ਨਾਲ ਇਹ ਮੁੰਡੇ ਚੜ੍ਹਦੇ ਪੰਜਾਬ ਤੋਂ ਆਏ, ਇਹਨਾਂ ਦਾ ਖਾਸ ਐਜੂਕੇਸ਼ਨ ਦੇ ਨਾਲ ਇਹਨਾਂ ਦੀ ਖਾਹਿਸ਼ ਸੀ ਕਿ ਅਸੀਂ ਓਲਡ ਕੈਂਪਸ ਦੇਖਣਾ ਹੈ। ਸੋ ਇਸ ਵੇਲੇ ਓਲਡ ਕੈਂਪਸ ਔਰ ਇਹਦੇ ਨਾਲ ਦੀਆਂ ਜਿਤਨੀਆਂ ਵੀ ਜੁੜੀਆਂ ਇਮਾਰਤਾਂ ਹਨ, ਬਿਲਡਿੰਗਸ ਹਨ, ਉਹ ਅਸੀਂ ਦੇਖ ਰਹੇ ਹਾਂ। ਇੱਕ ਜਿਹੜੀ ਗਾਟ ਹਮੇਸ਼ਾ ਸਾਨੂੰ ਨਜ਼ਰ ਆਉਂਦੀ ਰਹੀ ਕਿ ਜਦੋਂ ਵੀ ਇੱਥੇ ਚੜ੍ਹਦੇ ਪੰਜਾਬ ਤੋਂ ਲੋਕ ਆਉਂਦੇ ਹਨ ਤਾਂ ਵੱਡੀਆਂ ਉਮਰਾਂ ਦੇ ਲੋਕ ਇੱਥੇ ਨਜ਼ਰ ਆਉਂਦੇ ਹਨ। ਜਿਹੜੀ ਸਾਡੀ ਯੂਥ ਹੈ, ਨੌਜਵਾਨ ਪੀੜ੍ਹੀ ਹੈ, ਉਹ ਬੜੀ ਗੱਟ ਦੇਖਣ ਨੂੰ ਨਜ਼ਰ ਆਉਂਦੀ ਹੈ ਅਤੇ ਬੜੀ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ ਅਤੇ ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋ ਅਤੇ ਕਿੱਥੋਂ ਆਉਣਾ ਹੋਇਆ? ਮੇਰਾ ਨਾਮ ਗੁਰਜੀਤ ਸਿੰਘ, ਮੈਂ ਚੜ੍ਹਦੇ ਪੰਜਾਬ ਤੋਂ, ਡਿਸਟ੍ਰਿਕਟ ਬਰਨਾਲਾ, ਪਿੰਡ ਮੇਰਾ ਸ਼ਹਿਣਾ। ਅੱਛਾ, ਬਰਨਾਲਾ ਡਿਸਟ੍ਰਿਕਟ ਤੋਂ ਤੁਸੀਂ ਆਏ ਹੋ। ਬਰਨਾਲਾ ਪਿੰਡ ਦੇ ਵਿੱਚ ਤਾਂ ਪਿਛਲੇ ਦਿਨੋਂ ਬਾਬਾ ਨਜ਼ਮੀ ਹੋਰਾਂ ਦਾ ਮੁਜੱਸਮਾ ਵੀ ਲੱਗਿਆ ਹੈ, ਪਿੰਡ ਰਾਮਗੜ੍ਹ ਦੇ ਅੰਦਰ, ਸ਼ਾਇਦ ਤੁਹਾਡੇ ਤੱਕ ਨਿਊਜ਼ ਆਪਣੀਆਂ ਹੋਣ। ਅਤੇ ਇਹ ਕਿਵੇਂ ਦਾ ਇੱਥੇ ਲਹਿੰਦੇ ਪੰਜਾਬ, ਤੁਸੀਂ ਕਿਤਨੇ ਟਾਈਮ ਹੋ ਚੁੱਕਾ ਹੈ, ਕਿਤਨੇ ਦਿਨ ਹੋ ਚੁੱਕੇ ਨੇ ਤੁਸੀਂ ਇੱਥੇ ਆਇਓ? ਅਸੀਂ 9 ਅਪ੍ਰੈਲ ਨੂੰ ਇੰਟਰ ਕੀਤਾ ਸੀ ਲਹਿੰਦੇ ਪੰਜਾਬ ਦੇ ਵਿੱਚ ਬਾਘੇ ਦੇ ਰਾਹੀਂ, ਅਤੇ ਅਸੀਂ ਉਸ ਤੋਂ ਬਾਅਦ ਆਏ ਨਨਕਾਣਾ ਸਾਹਿਬ, ਅਤੇ ਉੱਥੇ ਅਸੀਂ 3 ਦਿਨ ਰਹੇ ਤਕਰੀਬਨ। ਉਸ ਤੋਂ ਬਾਅਦ ਫਿਰ ਹਸਨ ਅਬਦਾਲ ਜੋ ਗੁਰਦੁਆਰਾ ਪੰਜਾ ਸਾਹਿਬ ਹੈ, ਅਤੇ ਫਿਰ ਉੱਥੇ ਅਸੀਂ ਪਹੁੰਚੇ, ਜਾ ਕੇ ਉੱਥੇ ਦਰਸ਼ਨ ਕੀਤੇ। ਉੱਥੇ ਅਸੀਂ ਰਾਤੀ ਆਏ ਹਾਂ, ਰਾਤੀ ਆ ਕੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਹੈ ਜਿਹੜਾ, ਉੱਥੇ ਰੁਕੇ ਹਾਂਗੇ, ਅਤੇ ਫਿਰ ਇਸ ਲਾਹੌਰ ਨੂੰ ਅੱਜ ਅਸੀਂ ਦੇਖ ਰਹੇ ਹਾਂਗੇ ਨੇੜਿਓਂ। ਬਾਕੀ ਤਾਂ ਸਾਰੀਆਂ ਧਾਰਮਿਕ ਥਾਵਾਂ ਹਨ, ਗੁਰਦੁਆਰੇ ਹਨ, ਉਹ ਤਾਂ ਮਨ ਦੇ ਵਿੱਚ ਖਾਹਿਸ਼ ਤੁਹਾਡੀ ਹਮੇਸ਼ਾ ਰਹੀ ਹੋਏਗੀ ਕਿ ਉਹਨਾਂ ਥਾਵਾਂ 'ਤੇ ਜਾਣਾ ਚਾਹੀਦਾ ਹੈ, ਲੇਕਿਨ ਲਾਹੌਰ ਨੂੰ ਦੇਖਣ ਦੀ ਦਿਲ ਦੇ ਵਿੱਚ ਖਾਹਿਸ਼ ਕਿਤਨੀ ਸੀ? ਲਾਹੌਰ ਨੂੰ ਜਿੱਥੇ ਗੁਰਦੁਆਰਿਆਂ ਦੀ ਸਾਡੇ ਮੇਰੇ ਦਿਲ ਦੇ ਵਿੱਚ ਖਵਾਹਿਸ਼ ਸੀਗੀ ਬਹੁਤ ਵੱਡੀ ਦੇਖਣ ਦੇ ਲਈ, ਉੱਥੇ ਇੱਕ ਲਾਹੌਰ ਦੇ ਲਈ ਅਲੱਗ ਸੀ, ਕਿਉਂਕਿ ਇੱਥੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਜੋ ਰਾਜ ਕੀਤਾ, ਉਹਨਾਂ ਦੀਆਂ ਜੋ ਨਿਸ਼ਾਨੀਆਂ ਨੇ ਇਸ ਸ਼ਹਿਰ ਦੇ ਵਿੱਚ, ਜੋ ਲਾਹੌਰ ਦਾ ਕਿਲ੍ਹਾ ਹੈਗਾ, ਸ਼ਾਹੀ ਕਿਲ੍ਹਾ ਹੈ, ਜਾਂ ਇੱਥੇ ਆਪਾਂ ਜਮਜਮਾ ਤੋਪ ਦੇਖੀ ਹੈ, ਜਾਂ ਹੋਰ ਵੀ ਅਨੇਕਾਂ ਨਿਸ਼ਾਨੀਆਂ ਨੇ, ਉਹਨੂੰ ਬਹੁਤ ਵੱਡੀ ਖਵਾਹਿਸ਼ ਦਿਲ ਦੇ ਵਿੱਚ ਦੇਖਣ ਦੀ। ਅਤੇ ਜਿਹੜੇ ਇੱਥੇ ਯੂਨੀਵਰਸਿਟੀ ਕੈਂਪਸ ਆ, ਓਲਡ ਕੈਂਪਸ ਪੰਜਾਬੀ ਯੂਨੀਵਰਸਿਟੀ ਲਾਹੌਰ, ਜੋ 1947 ਦੇ ਵਿੱਚ ਅਲੱਗ ਹੋ ਕੇ ਇੱਕ ਉੱਧਰਲੇ ਪੰਜਾਬ ਚਲੀ ਗਈ ਸੀ ਤਾਂ ਇੱਕ ਇੱਧਰ ਰਹਿ ਗਈ ਸੀ, ਉੱਧਰ ਵਾਲੀ ਤਾਂ ਅਸੀਂ ਦੇਖ ਹੀ ਚੁੱਕੇ ਸੀਗੇ ਅਤੇ ਇੱਛਾ ਸੀ ਅਸੀਂ ਇਹ ਵੀ ਦੇਖੀਏ। ਅਤੇ ਇਸ ਤੋਂ ਬਾਅਦ ਜਿਹੜੀ ਅਸੀਂ ਸਾਨੂੰ ਪੰਜਾਬੀ ਦੇ ਵਿੱਚ ਉੱਥੇ ਪੜ੍ਹਦੇ ਹਾਂ, ਅਤੇ ਜਿਹੜੀ ਇੱਕ ਬੜੀ ਵੱਡੀ ਕਹਾਵਤ ਹੈ, ਮਸ਼ਹੂਰ ਹੈ ਉੱਧਰਲੇ ਪੰਜਾਬ ਦੇ ਵਿੱਚ, ਇੱਧਰ ਵੀ ਹੈ, ਜੋ ਸੁੱਖ ਛੱਜੂ ਦੇ ਚਵਾਰੇ ਉਹਨਾਂ ਵਲਖਣਾ ਬੁਖਾਰੀ, ਵਲਖਣਾ ਬੁਖਾਰੀ, ਜੋ ਛੱਜੂ ਦਾ ਚਵਾਰਾ ਉਹ ਵੀ ਦਿਲ ਦੇ ਵਿੱਚ ਖਵਾਹਿਸ਼ ਹੈ ਬੜੀ ਵੱਡੀ ਦੇਖਣ ਦੇ ਵਿੱਚ। ਬਾਕੀ ਅਸੀਂ ਜੋ ਦੇਖਦੇ ਰਹਿੰਦੇ ਹਾਂਗੇ, ਅਤੇ ਬਲੌਗਰ ਆਉਂਦੇ ਨੇ ਪਹਿਲਾਂ, ਉਹ ਸਾਨੂੰ ਦਿਖਾਉਂਦੇ ਆ ਗਲੀ ਸੁਰਜਣ ਸਿੰਘ ਜੀ, ਬਿਲਕੁਲ, ਉਹ ਬਹੁਤ ਖੂਬਸੂਰਤ ਗਲੀ ਹੈ, ਉਹਨੂੰ ਵੀ ਬਹੁਤ ਦੇਖਣ ਦੀ ਇੱਛਾ ਹੈਗੀ। ਅਜੇ ਤੁਸੀਂ ਲਾਹੌਰ ਕੱਲ ਰਾਤ ਪਹੁੰਚੇ ਹੋ? ਕੱਲ ਰਾਤ, ਅਤੇ ਅੱਜ ਤੁਸੀਂ ਪੂਰਾ ਲਾਹੌਰ ਘੁੰਮਣਾ ਹੈ? ਬਿਲਕੁਲ, ਅਸੀਂ ਰਾਤ ਪਹੁੰਚੇ ਸੀਗੇ ਤਕਰੀਬਨ ਪੰਜਾਬ ਸਾਹਿਬ ਤੋਂ 3 ਵਜੇ, ਅਤੇ ਸਾਨੂੰ ਖਵਾਹਿਸ਼ ਸਾਡੀ ਇੰਨੀ ਸੀ ਕਿ ਚਾਹ ਸਾਨੂੰ ਇੰਨਾ ਸੀ, ਅਸੀਂ ਸੁੱਤੇ ਨਹੀਂ ਹੈਗੇ, ਰਾਤ ਸੁੱਤੇ ਨਹੀਂ ਸੀ, ਅਤੇ ਸਵੇਰੇ ਨਹਾ ਕੇ ਜਲਦੀ ਮੱਥਾ ਗੁਰਦੁਆਰੇ ਟੇਕ ਕੇ, ਅਤੇ ਇੰਨੀ ਖਵਾਹਿਸ਼ ਸੀ ਕਿ ਜਲਦੀ ਤੋਂ ਜਲਦੀ ਲਾਹੌਰ ਦੇਖੀਏ। ਤੁਹਾਡੀਆਂ ਅੱਖਾਂ ਵੀ ਇਹ ਦੱਸ ਰਹੀਆਂ ਹਨ ਕਿ ਤੁਸੀਂ ਬੜੇ ਘੱਟ ਸੁੱਤੇ ਹੋਏ ਹੋ, ਤੁਹਾਡੇ ਅੰਦਰ ਇੱਕ ਸ਼ੌਕ ਹੈ ਲਾਹੌਰ ਦੇਖਣ ਦਾ। ਜਿਹੜੀ ਸਾਡੀ ਯੂਥ ਹੈ, ਜਿਹੜੀ ਨੌਜਵਾਨ ਪੀੜ੍ਹੀ ਹੈ, ਅਗਰ ਅਸੀਂ ਦੇਖੀਏ ਤਾਂ ਲਹਿੰਦੇ ਪੰਜਾਬ ਦਾ ਨਾਮ ਜਦੋਂ ਉਹਨਾਂ ਦੇ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਦੀ ਕੀ ਫੀਲਿੰਗਸ ਆਉਂਦੀਆਂ, ਕਿਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਆਉਂਦੀਆਂ? ਜਿਹੜੀ ਲਹਿੰਦੇ ਪੰਜਾਬ ਦੀ ਫੀਲਿੰਗ ਹੈ, ਇੱਕ ਦਰਦ ਆਉਂਦਾ ਸਾਨੂੰ, ਉਹ ਜਿਹੜੀ ਵੰਡ ਸਾਡੇ ਵਿੱਚ ਜਿਹੜੀ ਲੀਕ ਖਿੱਚ ਦਿੱਤੀ ਆ, ਹਕੂਮਤਾਂ ਨੇ ਖਿੱਚੀ ਹੈ, ਉਹ ਅਸੀਂ ਆਪ ਨਹੀਂ ਖਿੱਚੀ, ਪਰ ਸਾਡਾ ਜਿਹੜਾ ਸੱਭਿਆਚਾਰ ਹੈ ਉਹੀ ਅਜੇ ਹੀਰ ਰਾਂਝਾ ਇੱਧਰ ਗਾਉਂਦੇ ਤਾਂ ਉੱਧਰ ਵੀ ਗਾਉਂਦੇ ਆ, ਜੇ ਬਾਬਾ ਨਾਨਕ ਇੱਧਰ ਬੈਠਾ ਤਾਂ ਉੱਧਰ ਵੀ ਬੈਠਾ, ਜੇ ਬੁੱਲੇ ਸ਼ਾਹ ਨੂੰ ਇੱਧਰ ਗਾਉਂਦਾ ਤਾਂ ਉੱਧਰ ਵੀ ਗਾਉਂਦੇ ਆ। ਇਹ ਸਾਡੇ ਵਿੱਚ ਜਿਹੜੀ ਇੱਕ ਸਾਂਝ ਹੈ ਉਹ ਬੜੀ ਬਰਕਰਾਰ ਹੈ, ਜਿਹਨੂੰ ਇਹ ਭਾਵੇਂ ਹਕੂਮਤਾਂ ਕਿੰਨੀਆਂ ਮਰਜ਼ੀ ਲੀਕਾਂ ਖਿੱਚੀ ਜਾਣ, ਉਹ ਕਦੇ ਮੇਟ ਨਹੀਂ ਸਕਦੀ।
ਅਤੇ ਜਿਹੜਾ ਖਿਆਲ ਆਉਂਦਾ ਲਹਿੰਦੇ ਪੰਜਾਬ ਦੇ ਵਿੱਚ, ਉਹ ਸਾਡਾ ਆਪਣਾ ਪੰਜਾਬ ਹੈ ਇਹ ਵੀ, ਤਾਂ ਸਾਨੂੰ ਦਰਦ ਹੁੰਦਾ ਵੀ ਕਦੋਂ ਇਹਨੂੰ ਦੇਖਾਂਗੇ। ਦਿਲ ਦੇ ਵਿੱਚ ਬੜੀਆਂ ਵੱਡੀਆਂ ਖੁਆਇਸ਼ ਨੇ, ਹੁਣ ਅਸੀਂ ਆਏ ਹਾਂ ਤੁਹਾਡੇ ਇੱਥੇ, ਅਸੀਂ ਇੰਸਟਾਗ੍ਰਾਮ 'ਤੇ ਸਟੇਟਸ ਪਾਉਂਦੇ ਹਾਂ, ਵਟਸਐਪ 'ਤੇ ਪਾਉਂਦੇ ਹਾਂ, ਅਤੇ ਸਾਡੇ ਜਿਹੜੇ ਸਾਥੀ ਨੇ, ਮਿੱਤਰ ਨੇ, ਉਹ ਪੁੱਛਦੇ ਨੇ ਕਿ ਤੁਸੀਂ ਕਿਵੇਂ ਗਏ, ਅਸੀਂ ਵੀ ਜਾਣਾ। ਉਹ ਪੂਰੇ ਐਕਸਾਈਟਡ ਨੇ ਇੱਕ ਤਰ੍ਹਾਂ ਦੇ। ਹਾਂ, ਇਸੇ ਤਰੀਕੇ ਹੀ ਜਿਵੇਂ ਤੁਸੀਂ ਆਏ ਹੋ, ਤੁਸੀਂ ਆਪਣੀ ਅੱਖਾਂ ਦੇ ਨਾਲ ਸਾਰਾ ਕੁਝ ਦੇਖ ਰਹੇ ਹੋ, ਤੁਸੀਂ ਗੁੰਮ ਫਿਰ ਰਹੇ ਹੋ, ਅਤੇ ਜੋ ਇੱਕ ਨੈਗੇਟਿਵ ਪ੍ਰੋਪਗੈਂਡਾ ਹੈ ਪੰਜਾਬੀਆਂ ਨੂੰ ਆਪਸ ਦੇ ਵਿੱਚ ਫੋੜਨ ਦੇ ਵਿਚਕਾਰ, ਕੁਛ ਲੋਕ ਇਸ ਤਰੀਕੇ ਦਾ ਰੋਲ ਪਲੇ ਕਰ ਰਹੇ ਹਨ, ਉਹ ਫਿਰ ਸਾਰਾ ਝੂਠਾ ਸਾਬਿਤ ਹੁੰਦਾ ਹੈ। ਬਿਲਕੁਲ, ਅਸੀਂ ਜਿੱਥੇ ਖੜ੍ਹੇ ਹਾਂ ਇਹਦੇ ਨਾਲ ਪਿੱਛੇ ਮਿਊਜ਼ੀਅਮ ਹੈ, ਮਿਊਜ਼ੀਅਮ ਸਾਡੇ ਪੰਜਾਬ ਦਾ ਸਦੀਆਂ ਦਾ ਇਤਿਹਾਸ ਇਹਦੇ ਵਿੱਚ ਪਿਆ ਹੋਇਆ। ਸੋ ਲਾਹੌਰ ਦੇ ਅੰਦਰ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ, ਇੱਥੇ ਦੇਖਣ ਨੂੰ ਬਹੁਤ ਕੁਛ ਹੈ, ਔਰ ਜਿਹੜਾ ਪੰਜਾਬੀ ਆਪਣੇ ਆਪ ਨੂੰ ਕਲੇਮ ਕਰਦਾ ਹੈ ਉਹਦੇ 'ਤੇ ਲਾਹੌਰ ਦਿਲ ਦੇ ਵਿੱਚ ਵੱਸਦਾ ਹੋਏਗਾ। ਅਗਰ ਲਹਿੰਦੇ ਪੰਜਾਬ ਦੇ ਵਿੱਚ ਅਸੀਂ ਦੇਖੀਏ ਤਾਂ ਬੋਲੀ ਦਾ ਮਾੜਾ ਹਾਲ ਹੈ, ਪੰਜਾਬੀ ਬੋਲੀ ਦਾ ਇੱਥੇ ਸਕੂਲਾਂ ਦੇ ਵਿੱਚ ਨਹੀਂ ਪੜ੍ਹਾਈ ਜਾ ਰਹੀ। ਸਾਡੀ ਇੱਕ ਮੂਵਮੈਂਟ, ਸਾਡੀ ਪੰਜਾਬੀ ਪ੍ਰਚਾਰ ਦੇ ਲੋਕਾਂ ਦੇ ਨਾਲ, ਜਿਹਦੇ ਨਾਲ ਤੁਸੀਂ ਬੱਚਿਆਂ ਦੇ ਨਾਲ, ਜਵਾਨਾਂ ਦੇ ਨਾਲ ਮਿਲੇ ਹੋ, ਇਹ ਸਾਰੇ ਅਸੀਂ ਉਹਦੇ ਵਿੱਚ ਸਾਂਝ ਪਾ ਰਹੇ ਹਾਂ ਕਿ ਇੱਥੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਵੇ, ਕਾਲਜਾਂ ਦੇ ਵਿੱਚ ਪੜ੍ਹਾਈ ਜਾਵੇ। ਚੜ੍ਹਦੇ ਪੰਜਾਬ ਦੇ ਅੰਦਰ ਇਹ ਸੋਚ ਹੈ ਕਿ ਸਾਡੀ ਬੋਲੀ ਨੂੰ ਅੱਗੇ ਵਧਣਾ ਚਾਹੀਦਾ ਹੈ, ਜਾਂ ਕਿ ਇਹਦੇ 'ਤੇ ਕੋਈ ਹਿੰਦੀ ਗਾਲੇ ਬਣਦੀ ਜਾ ਰਹੀ? ਦੇਖੋ, ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਮਾਂ ਬੋਲੀ ਹੈ ਹਜੇ ਤੱਕ ਤਾਂ ਬਹੁਤ ਸੇਫ ਹੈ। ਜਿੱਥੋਂ ਤੱਕ ਅਸੀਂ ਸੰਘਰਸ਼ ਵੀ ਸ਼ੁਰੂ ਕੀਤਾ ਸੀ ਕਿ ਸਾਡੇ ਆ ਪਿੱਛੇ ਜੋ ਸੜਕਾਂ ਦੇ ਉੱਪਰ ਬੋਰਡ ਲੱਗੇ ਹੁੰਦੇ ਸੀਗੇ, ਸਾਈਨ ਬੋਰਡ, ਉਹਨਾਂ ਦੇ ਵਿੱਚ ਇੰਗਲਿਸ਼ ਪਹਿਲੇ ਸੀ ਅਤੇ ਪੰਜਾਬੀ ਨੀਚੇ ਸੀ, ਪਰ ਪੰਜਾਬੀਆਂ ਨੇ ਉਹਦਾ ਬੜਾ ਰੋਸ ਜ਼ਾਹਿਰ ਕੀਤਾ ਕਿ ਉਹਨਾਂ ਦੇ ਇੰਗਲਿਸ਼ ਦੇ ਉੱਪਰ ਕਾਲੀ ਲੀਕ ਫੇਰ ਦਿੱਤੀ ਜੀ, ਕਿ ਜੇ ਪੰਜਾਬ ਹੈ ਅਤੇ ਇਹਦੇ ਵਿੱਚ ਪੰਜਾਬੀ ਹੈ ਜਿਹੜੀ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹਿੰਦੀ ਲਿਖੋ, ਇੰਗਲਿਸ਼ ਲਿਖੋ, ਜੋ ਮਰਜ਼ੀ ਲਿਖੋ। ਸੋ ਇੱਥੋਂ ਦੇ ਵੀ ਅਸੀਂ ਸਰਕਾਰਾਂ ਨੇ, ਜਿਹੜੀਆਂ ਹਕੂਮਤ ਆ, ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੀ ਲਾਹੌਰ ਸਿਟੀ ਹੈ, ਇੱਥੇ ਐਸੇ ਮਹਾਰਾਜੇ ਨੇ ਰਾਜ ਕੀਤਾ ਜਿਹਨੇ ਨਾ ਹਿੰਦੂ ਨਾ ਮੁਸਲਿਮ ਅਤੇ ਨਾ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ, ਸਭ ਨੂੰ ਨਾਲ ਲੈ ਕੇ ਦੁਨੀਆਂ ਦੇ ਵਿੱਚ ਇਹੋ ਜਿਹਾ ਰਾਜ ਕੋਈ ਨਹੀਂ ਕਰ ਸਕਿਆ। ਸੋ ਇੱਥੇ ਬਰਾਬਰਤਾ ਦਾ ਰਾਜ ਹੋਇਆ। ਸੋ ਅਸੀਂ ਹਕੂਮਤ ਨੂੰ ਇੱਥੋਂ ਦੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਸ ਬਰਾਬਰਤਾ ਦੇ ਰਾਜ ਨੂੰ ਦੇਖਦੇ ਹੋਏ, ਉਸ ਸਿਧਾਂਤ ਨੂੰ ਦੇਖਦੇ ਹੋਏ, ਜਿਹੜੀ ਇੱਥੇ ਲੋਕਾਂ ਦੀ ਖੁਆਇਸ਼ ਆ ਕਿ ਪੰਜਾਬੀ ਬੋਲਣੀ ਸਾਡੇ ਇੱਥੇ ਬੋਰਡਾਂ 'ਤੇ ਵੀ ਲਿਖਣੀ ਚਾਹੀਦੀ ਆ, ਸਾਨੂੰ ਚੰਗੀ ਬੋਲਣੀ ਚਾਹੀਦੀ ਆ, ਸਕੂਲਾਂ ਦੇ ਵਿੱਚ ਵੀ ਪੜ੍ਹਾਉਣੀ ਚਾਹੀਦੀ ਆ। ਸੋ ਹਕੂਮਤ ਨੂੰ ਚਾਹੀਦਾ ਕਿ ਇੱਥੇ ਇਹਨਾਂ ਦੀ ਤੁਹਾਡੀ ਅਪੀਲ ਨੂੰ ਪੂਰਾ ਕਰਨ। ਬਹੁਤ ਵਧੀਆ ਗੱਲ ਜੀ, ਇੱਕ ਚੜ੍ਹਦੇ ਪੰਜਾਬ ਤੋਂ ਆਏ ਨੌਜਵਾਨ, ਉਹਨਾਂ ਦੀ ਅਪੀਲ, ਉਹਨਾਂ ਦੀ ਬੇਨਤੀ ਕਿ ਲਹਿੰਦੇ ਪੰਜਾਬ ਦੇ ਅੰਦਰ ਵੀ ਜਿਵੇਂ ਚੜ੍ਹਦੇ ਪੰਜਾਬ ਦੇ ਅੰਦਰ ਪੰਜਾਬੀ ਨੂੰ ਰਾਈਟਸ ਹਾਸਲ ਹਨ, ਇੱਥੇ ਵੀ ਰਾਈਟਸ ਹੋਣ। ਸੋ ਇੱਥੋਂ ਦੀਆਂ ਸਰਕਾਰਾਂ ਇਹਨਾਂ ਦੀ ਗੱਲ ਮੰਨਣ, ਔਰ ਇੱਥੇ ਪੰਜਾਬੀ ਦਾ ਬੋਲ ਬਾਲਾ ਹੋਵੇ, ਕਿਉਂਕਿ ਇਹਦੇ ਨਾਲ ਹੀ ਪੰਜਾਬ ਦੀ ਤਾਰੀਖ ਜੁੜੀ ਹੋਈ ਹੈ, ਇਹਦੇ ਨਾਲ ਹੀ ਪੰਜਾਬ ਬਣਦਾ ਹੈ, ਔਰ ਇਹਦੇ ਨਾਲ ਹੀ ਪੰਜਾਬ ਬਚਦਾ ਹੈ।